ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਤੇ ਅੱਜ ਆ ਗਈ ਨੈਂਸੀ ਦੀ ਰਸੋਈ। ਨੈਂਸੀ ਦੀ ਰਸੋਈ ਪਹਿਲੀ ਰਸੋਈ ਪਹਿਲੀ ਰਸੋਈ ਮਤਲਬ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਚੌਂਕੇ ਚਾੜਨ ਲੱਗੀ ਹੈ ਕੁੜੀ। ਫਿਰ ਤੇ ਕੀ ਬਣਾਵਾਂ? ਕੜਾਹੀ ਬਣਾਉਣਾ ਪਹਿਲਾਂ ਤਾਂ। ਬਾਰੀ ਆਂਡੀ ਵਿੱਚ ਬਾਰ ਬਾਰ ਬਤਾਓ ਕੀ ਆਪੇ ਬਣਾਓ ਲੈ ਪਾ ਆਪਣੇ ਵੱਲੋਂ। ਦਹੀ ਹੱਥ ਮਾਰਨਾ ਕੜਾਈ ਲੱਭਣੀ ਮੈਨੂੰ ਕੁਛ ਰਾਜ ਕੁਛ ਬੋਲੋ ਵਲੌਗ ਚ ਬੋਲਦੇ ਪਏ ਆ ਕਿ ਪੋਣੇ ਬਿਨਾਂ ਕੜਾਈ ਤੇ ਵੀ ਬੋਲ ਸਕਦੇ ਹੋ। ਵਾਹ, ਆਪ ਕੋਲੇ ਬਣਾਈ ਜੀ? ਕੀ ਬਣਾਈ? ਗਰੀ ਕੁੜੀ ਗਰੀ ਕੁੜੀ ਗਰੀ ਗਵਾਚ ਗਈ ਗਵਾਚ ਗਈ ਗਰੀ ਗਰੀ ਗਵਾਚ ਗਈ। ਚੱਲ ਚੱਲ ਠੀਕ ਆ ਠੀਕ ਆ। ਕੀ ਹੋ ਜੇ ਸੌਖਿਆ ਪਿਆ ਕਿਤੇ ਰੋਟੀ ਬਣਾਉਣੀ? ਮੇਰੀ ਵੀ ਗੱਲ ਪਹਿਲੀ
ਰੰਗ ਨਹੀਂ ਪਾਉਂਦੇ ਐਸੇ ਸਕਣ ਮਨ ਨਹੀਂ ਪਾਉਣਾ ਤੈਨੂੰ ਪਾਉਣਾ ਇਸ ਕਰਕੇ हेलो ब्रो यो ब्रो है ਪਾਣੀ ਆ ਜਲਦੀ ਚਾਸ਼ਨੀ ਪਾਓ ਇਹਨੇ ਸਿਰ ਖਾ ਰਿਹਾ ਡਾਕਟਰ ਹੁਣੇ ਕੀਤੀ ਕਰਾਈ ਚ ਪਾਣਾ ਆਪਾਂ ਪਾਣੀ ਮਤਲਬ ਪੜਾ ਚ ਪਾਣੀ ਤੇ ਲੋਕਾਂ ਨੇ ਪਾਣਾ ਘੜੋ ਪਾਣੀ ਮਤਲਬ ਕੀਤੀ ਕਰਾਈ ਚ ਪਾਣੀ ਪ੍ਰਸ਼ਾਦ ਬਣਾਉਂਦੇ ਆ ਵਾਇਗਰ ਵਾਇਗਰ ਦੇ ਲੋਕ ਕੀਤੀ ਆ ਕੀਤਾ ਕਰਿਆ ਨਹੀਂ ਸਰ ਆਪਾਂ ਜੋ ਕੁਝ ਕੀਤਾ ਹੁਣੇ ਚ ਪਾਣੀ ਨਹੀਂ ਪਾਉਣਾ ਉਹ ਪਾਣੀ ਛੀਲੀ ਲਿਆ ਚਾਸ਼ਨੀ ਚਾਣੀ ਪਾਉਣੀ ਆ ਤੁਹਾਨੂੰ ਕੀਤਾ ਕਰਾਈ ਚ ਚਾਣੀ ਪਾਉਣੀ ਆ ਬਾਹਰੋਂ ਆਣਾ ਬਾਹਰ ਨੂੰ ਆ ਫਿਰ ਆਸ਼ੂ ਕੀ ਬਿਆਹ ਨਾ ਹੈ ਮੈਨੂੰ ਪਤਾ ਤੂੰ ਆਈ ਕਹਿਣਾ ਜਜੀਬ ਨਾਲ ਚੱਲਦੀ ਨਾ ਨੈਸ਼ਨਲ ਤਾਂ ਉਦੋਂ ਆਂਦਾ ਜਦੋਂ ਮੈਂ ਇਹਨਾਂ ਨੂੰ ਕੜਾਹ ਬਣਾ ਕੇ ਦੇਣੀ ਹੈ ਤੇ ਕਹਿ ਦੋ ਨਾ ਮੈਂ ਨਹੀਂ ਖਾਣਾ ਨਹੀਂ ਮੈਂ ਨਹੀਂ ਖਾਣਾ ਕਿਤੇ ਮੈਂ ਨਹੀਂ ਖਾਣਾ ਨਾ ਨਾ ਉਦੋਂ ਇਹਨਾਂ ਨੂੰ ਗੁੱਸਾ ਜਿਹੜਾ ਕਿ ਕਿੰਨੀ ਮਿਹਨਤ ਲੱਗਦੀ ਕੜਾਹ ਬਣਾਉਣ ਦੀ ਲੱਗਦੀ ਸੱਚੀ ਨਹੀਂ ਜਿੱਦ ਕਰ ਲੈ ਕਰੋ ਜੇ ਕੜਛੀ ਇਧਰ ਜੇ ਕੜਛੀ ਜੀਬ ਨਾਲ ਚੱਲੇ ਨਾ ਤੇ 2 ਮਿੰਟ ਚ ਬਣਾ ਦੇ ਇਹ ਗੱਲ ਫਿਰ ਗਈ ਫਿਰ ਕਹੀਂ ਕਿਚਨ ਵਲੌਗ ਬਣਾਓ ਮਤਲਬ ਹਾਂ ਹੈ ਨਾ ਨਰਬਾ ਨੇ ਨਾ ਰੋਜ਼ ਬਣੀ ਮਿਲ ਜਾਂਦੀ ਹੈ ਯੈਸ ਸਿਆਣੀਆਂ ਬਹੁਤ ਅੱਜ ਕੱਲ ਦੀ ਮੰਮਾ ਨੇ ਆਈਡੀਆ ਸਿਆਣੀਆਂ ਚੱਲ ਨਾ ਘੁਮਾ ਕੇ ਪਾਣਾ ਹਾਂ ਹਾਂ ਇੱਧੇ ਪਾ ਦੇ ਪਾ ਪਾ ਦੋ ਹਾਂ ਪਾ ਦੇ ਪਾ ਦੇ ਸਾਰਾ ਪਾ ਦੇ ਸਾਰਾ 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 ਅਬ ਅਬ ਉਹ ਖੰਡ ਪਾਈ ਪਾਈ ਗਿਆ ਚੱਲ ਕੀ ਹੁੰਦਾ ਓ ਅੱਛਾ ਜੀ ਤਾਂ ਭੁੱਲ ਗਿਆ ਪਾਣੀ ਲੈ ਗਿਆ ਚੱਲ ਬੜੀ ਮੱਤ ਮਾਰੀ 15-20 ਦਿਨ ਮਹੀਨਾ ਰਸੋਈ ਚ ਪਾਣੀ ਲੈ ਗਿਓ ਇਹ ਲੈ ਗਿਆ ਛੇਤੀ ਪਾਣੀ ਲੈ ਗਿਆ ਪਾਣੀ ਰਸੋਈ ਚੋਂ ਮੈਂ ਨੀ ਠੰਡਾ ਨੀ ਪੀਣਾ ਮੈਂ ਫਰਿੱਜ ਵਾਲਾ ਨਹੀਂ ਪੀਣਾ ਮੈਂ ਨਾ ਠੰਡਾ ਪੀਣਾ ਨੀ ਫਰਿੱਜ ਚ ਮੈਂ
ਫੇਰ ਜਲਾ ਲੈ ਆ ਪਾਣੀ ਨੂੰ ਪਾ ਲੈ ਇਹ ਤੋਂ ਕੱਟਣਾ ਪੈਣਾ ਸਾਈਡਾਂ ਤੋਂ ਥੋੜਾ ਥੋੜਾ ਨਹੀਂ ਪਾਣੀ ਠੰਡਾ ਨਾ ਹੋਵੇ ਹੋ ਕੇ ਨਾ ਨਹੀਂ ਨਹੀਂ ਫਿਰ ਸਾਰੇ ਨੌਂ ਨੂੰ ਬਰਸ਼ ਲੈ ਅੰਦਰ ਹੀ ਅੰਦਰ ਹੀ ਅੰਦਰ ਹੀ ਅੰਦਰ ਹੀ ਮੈਂ ਤਾਂ ਖਾਂਦਾ ਨਹੀਂ ਆ ਮੇਰਾ ਥੋੜਾ ਮੈਨੂੰ ਕਰਾ ਦੋ ਪਹਿਲਾਂ ਹੱਪ ਰੱਖ ਲਿਆ ਨਾ ਇੱਕ ਹੱਥ ਲੈ ਦੂਸਰੇ ਹੱਥ ਦੇ ਇੱਕ ਓਵਰ ਕੀ ਜਣਾ ਖਾਲੀ ਸਰ ਫੜਾਓ ਖਾ ਕੜਾ ਫਾ ਆ ਚਾਹੀਦਾ ਤੇ ਕੜਾ ਫੜਾਓ ਕੋਈ ਰਿਐਕਸ਼ਨ ਲੈ ਲਓ ਆਪਣਾ ਰਿਐਕਸ਼ਨ ਵੀ ਲੈ ਲਓ ਨੈਚੁਰਲ ਸਾਰੇ ਇੱਧਰ ਰਿਐਕਸ਼ਨ ਦਿਓ ਠੀਕ ਆ ਖਾਲੀ ਹੱਥੀ ਦੇਣਾ ਨੀ ਸਕਣ ਅੱਛਾ ਟੇਸਟ ਕਰਕੇ ਫਿਰ ਆ ਮੈਂ ਖਾ ਤੋਂ ਬਾਅਦ ਦੇਣਾ ਚਾਹੀਦਾ ਇਹਦੇ ਕੋਲ ਲਵਾਉਣਾ ਸੀ ਤੂੰ ਹੱਥ ਕਰੀ ਨਾ ਮਾਮਾ ਉਹਦੇ ਲਾਉਣੇ ਤੈਨੂੰ ਔਖਾ ਆਪਣੇ ਲਾਉਣੇ ਮਤਲਬ ਹੀ ਨੀ ਮੇਰੇ ਨਾਲ ਟੀ ਸ਼ਰਟ ਥੋੜੀ ਛੋਟੀ ਹੈ ਬਾਕੀ ਸਹੀ ਆ